ਸਤਿ ਸ਼੍ਰੀ ਅਕਾਲ ਦੋਸਤੋ, ਟਰਬਨ ਕਿੰਗ ਪ੍ਰਦੀਪ ਗਹਿਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ। ਅੱਜ ਦੀ ਜਿਹੜੀ ਵੀਡੀਓ ਆ ਉਹ ਬਟਾਂ ਵਾਲੀ ਪੱਗ ਦੀ ਆ, ਤੇ ਬਟਾਂ ਵਾਲੀ ਪੱਗ ਵੱਖਰੇ ਤਰੀਕੇ ਦੇ ਨਾਲ ਬੰਨੀ ਜਾਊਗੀ। ਜੇ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਮੂਹਰੋਂ ਚੱਕਵੀ ਜੀ ਹੈ ਨਾ ਸ਼ੇਪ ਦੇ ਵਿੱਚ ਪੱਗ ਬੰਨੀ ਜਾਊ, ਤੇ ਇਹ ਪੱਗ ਬੰਨਣ ਦੇ ਨਾਲ ਜਿਹੜਾ ਤੁਹਾਡਾ ਕੱਦ ਦਾ ਹਾਈਟ ਆ ਉਹਦਾ ਵੀ ਫਰਕ ਪਊਗਾ। ਘੱਟ ਤੋਂ ਘੱਟ ਬਾਹਲਾ ਨਹੀਂ ਤਾਂ 2 ਇੰਚ ਦਾ ਫਰਕ ਪੈ ਜਾਊਗਾ। ਇਹਦੇ ਵਿੱਚ ਐਵੇਂ ਹੁੰਦਾ, ਤੁਸੀਂ ਆਪਾਂ ਕਈ ਵਾਰ ਪੱਗ ਜਿਹੜੀ ਬੰਨਦੇ ਹੋ ਅੱਗੇ ਨੂੰ ਰੱਖ ਕੇ ਬੰਨਦੇ ਹਾਂ ਨਾ, ਆਪਾਂ ਅੱਗੇ ਨੂੰ ਰੱਖ ਕੇ ਨਹੀਂ, ਸ਼ੇਪ ਥੋੜ੍ਹੀ ਜਿਹੀ ਉੱਤੇ ਨੂੰ ਰੱਖ ਕੇ ਬੰਨਾਂਗੇ। ਤੁਸੀਂ ਦੇਖੋਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਸਾਂਝੀ ਜ਼ਰੂਰ ਕਰਨਾ। ਸਭ ਤੋਂ ਪਹਿਲਾਂ ਪੂਣੀ ਕਰਕੇ ਆਪਾਂ ਹੇਠ ਵਾਲੀ ਸਾਈਡ 2 ਪਤਲੇ ਪੱਲੇ ਰੱਖਦੇ ਹੋਏ, ਤੁਸੀਂ ਦੇਖੋ ਹੇਠ ਵਾਲੀ ਸਾਈਡ 6.5 ਮੀਟਰ ਪੱਗ ਦੀ ਲੈਂਥ ਆ। ਬਹੁਤ ਸਾਰੇ ਭਰਾਵਾਂ ਦੇ ਮੈਸੇਜ ਸੀਗੇ ਵੀ 6.5 ਮੀਟਰ ਦਸਤਾਰ ਦੀ ਵੀਡੀਓ ਪਾਈ ਜਾਵੇ, ਹਲਕੇ ਜਿਹੇ ਵੱਟ ਪਾਉਣੇ ਆ। ਵੱਟ ਪਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹਾਂ ਪਹਿਲੇ ਲੜ ਦੇ ਨਾਲ ਵੱਟ ਪਾਏ। ਵੱਟ ਪਾਉਣ ਤੋਂ ਬਾਅਦ ਜਿਹੜਾ ਪਹਿਲੇ ਲੜ ਤੋਂ ਬਾਅਦ ਦੂਸਰਾ ਲੜ ਹੁੰਦਾ, ਜ਼ਿਆਦਾਤਰ ਵੀਰ ਜਿਹੜੇ ਰੱਖਦੇ ਆ ਉਹ ਅੱਗੇ ਨੂੰ ਅੱਗੇ ਦੀ ਅੱਗੇ ਰੱਖਦੇ ਆ, ਉਹਦੇ ਨਾਲ ਜਿਹੜੀ ਪੱਗ ਆ ਜ਼ਿਆਦਾ ਨੀਵੀਂ ਚਲੀ ਜਾਂਦੀ ਆ। ਜਾਂ ਕਈ ਵਾਰ ਹੁੰਦਾ ਗਾ ਜਦੋਂ ਤੁਸੀਂ ਉੱਤੇ ਦੀ ਉੱਤੇ ਲੜ ਜ਼ਿਆਦਾ ਰੱਖਦੇ ਆ ਤਾਂ ਪੱਗ ਉੱਚੀ ਚਲੀ ਜਾਂਦੀ ਆ। ਤੁਸੀਂ ਹਿਸਾਬ ਉਸ ਦੇ ਨਾਲ ਲੜ ਰੱਖਣੇ ਆ ਕਿ ਪੱਗ ਜ਼ਿਆਦਾ ਉੱਚੀ ਬਣਾ ਲੱਗੇ ਅਤੇ ਜ਼ਿਆਦਾ ਨੀਵੀਂ ਬਣਾ ਲੱਗੇ। ਅਤੇ ਦੂਸਰਾ ਲੜ ਸਟਾਰਟਿੰਗ ਤੋਂ ਐਂਡ ਤੱਕ 2 ਪਤਲੇ ਪੱਲੇ ਥੱਲੇ ਵਾਲੀ ਸਾਈਡ ਹੀ ਰਹਿਣਗੇ। ਇਹ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਅਤੇ ਪੂਣੀ ਨੂੰ ਬਿਲਕੁਲ ਘੁੰਮਣ ਨਹੀਂ ਦੇਣਾ। ਜਿਹੜਾ ਕਿ ਇਸ ਤੋਂ ਬਿਨਾਂ ਤੀਸਰੀ ਗੱਲ ਆ ਉਹ ਹੈਗੀ ਇਹ ਕਿ ਜੇ ਤੁਸੀਂ ਇੱਧਰੋਂ ਲੜ ਲਾ ਲਿਆ ਅਤੇ ਉੱਪਰ ਵਾਲੀ ਸਾਈਡ ਤੋਂ ਜਦੋਂ ਇੱਥੋਂ ਤੱਕ ਉਂਗਲਾਂ ਐਂ ਫਿਰੋਂਗੇ ਇੱਥੇ ਤੱਕ ਲੜ ਕਲੀਅਰ ਹੋ ਜੂ, ਫਿਰ ਸਿਰਫ ਲੜ ਇਕੱਠਾ ਕਰਨਾ। ਇਕੱਠਾ ਕੀਤਾ ਤੁਸੀਂ ਦੇਖ ਸਕਦੇ ਹੋ ਇਸ ਵਾਰ ਆਪਾਂ ਜਿਹੜੇ ਲੜ ਆ ਉੱਤੇ ਨੂੰ ਲਿਜਾ ਰਹੇ ਹਾਂ। ਨਹੀਂ ਲੜਦੇ ਰੱਖਣਾ ਸੀਗਾ ਮੈਂ ਇੱਥੇ ਦੀ ਬਜਾਏ ਆਪਾਂ ਰੱਖ ਲਿਆ ਇੱਥੇ। ਇਹਦੇ ਨਾਲ ਹੀ ਦੇਖੋ 1/2 ਇੰਚ ਦਾ ਫਰਕ ਪੈਂਦਾ ਹਰੇਕ ਪੇਜ ਦੇ। ਜੇ ਤੁਸੀਂ 5 ਪੇਜ ਲਾਉਂਦੇ 1/2 ਇੰਚ ਦੇ ਨਾਲ ਘੱਟ ਤੋਂ ਘੱਟ 2.5 ਇੰਚ ਦਾ ਫਰਕ ਪੈ ਜਾਂਦਾ ਆਪਣੀ ਹਾਈਟ ਦਾ, ਕੱਦ ਦਾ। ਇਸ ਤਰੀਕੇ ਦੇ ਨਾਲ ਦਸਤਾਰ ਬੰਨੋਗੇ ਤਾਂ ਤੁਹਾਡੀ ਹਾਈਟ ਵੀ ਆ ਜਿਹੜੀ ਕਿ ਜ਼ਿਆਦਾ ਥੋੜ੍ਹੀ ਜਿਹੀ ਉੱਚੀ ਲੱਗੂਗੀ। ਇਹਦੇ ਵਿੱਚ ਆਪਾਂ ਪੱਗ ਜ਼ਿਆਦਾ ਬਾਹਰਲੀ ਸਾਈਡ ਨਹੀਂ ਕੱਢਦੇ, ਇੱਥੋਂ ਪੱਗ ਉੱਪਰ ਨੂੰ ਚੱਕਾਂਗੇ। ਸੋ ਅਗਲਾ ਲੜ ਬਸ ਕੋਈ ਵੀ ਵੀਰ ਭਰਾ ਜੇਕਰ ਦਸਤਾਰ ਬੰਨ ਰਿਹਾ ਉਹ ਇੱਕੋ ਗੱਲ ਧਿਆਨ ਦੇ ਵਿੱਚ ਰੱਖਣੀ ਆ, ਇੱਧਰ ਵਾਲੀ ਸਾਈਡ ਤੋਂ ਜਿਹੜਾ ਲੜ ਮੋੜਨਾ ਉਹ ਇੱਥੋਂ ਮੋੜਨਾ, ਠੀਕ ਆ। ਇਸ ਤਰੀਕੇ ਨਾਲ ਅੰਗੂਠਾ ਅੰਦਰੋਂ ਪਾ ਕੇ ਐਵੇਂ ਤੁਸੀਂ ਕਿੱਦਾਂ ਮੋੜਦੇ ਆ ਐਵੇਂ ਐਵੇਂ ਕਰਕੇ ਭਰਾ ਮੋੜ ਦਿੰਦੇ ਆ, ਉਹਦੇ ਕਰਕੇ ਥੱਲੋਂ ਕੱਪੜਾ ਇਕੱਠਾ ਆ ਜਾਂਦਾ, ਉੱਪਰੋਂ ਦੇ ਵਿਚਾਲੇ ਡੈਂਟ ਪੈ ਜਾਂਦਾ। ਅਤੇ ਇਸ ਤੋਂ ਬਾਅਦ 1-2 ਚੀਜ਼ਾਂ ਹੋਰ ਵੀ ਦੱਸਾਂਗੇ। ਜਿਹੜਾ ਬੈਕ ਸਾਈਡ 'ਤੇ ਜਿਹੜੇ ਤੁਸੀਂ ਲੜ ਲਾਉਂਦੇ ਹੋ ਉਹ ਸਾਰੇ ਲੜ ਤੁਸੀਂ ਇੱਥੇ ਇਕੱਠੇ ਕਰ ਦੇਣਾ, ਇੱਥੇ ਇਸ ਜਗ੍ਹਾ 'ਤੇ ਲੜ ਇਕੱਲੇ ਇਕੱਲੇ ਦਾ ਗੈਪ ਇੰਨਾ ਇੰਨਾ ਹੋਣਾ ਚਾਹੀਦਾ, ਉੱਤੇ ਉੱਤੇ ਜਾਈ ਜਾਣਗੇ। ਅਤੇ ਜਿਹੜੇ ਭਰਾਵਾਂ ਦੇ ਇਸ ਜਗ੍ਹਾ ਦੇ ਉੱਤੇ ਫਲਾਵਟ ਆਉਂਦੀ ਆ, ਇੱਕ ਵੀਰ ਦੀਆਂ ਪਰਸੋਂ ਚੌਥੇ ਫੋਟੋਆਂ ਆਈਆਂ ਸੀਗੀਆਂ ਇਸ ਜਗ੍ਹਾ ਦੇ ਉੱਤੇ ਫਲਾਵਟ ਜਿਹੜੀ ਆਉਂਦੀ ਆ ਉਹਨਾਂ 'ਚ ਥੋੜ੍ਹੀ ਸਹੀ ਨਹੀਂ ਹੋਣੀ। ਅਤੇ ਕਈ ਵਾਰ ਹੁੰਦਾ ਰੂਬੀਆ ਪੱਗ ਦੇ ਵਿੱਚ ਪ੍ਰੋਬਲਮ ਥੋੜ੍ਹੀ ਜਿਹੀ ਜ਼ਿਆਦਾ ਆ ਜਾਂਦੀ ਹੈ। ਇਸ ਤੋਂ ਬਾਅਦ ਅਗਲਾ ਲੜ ਦੇਖੋ, ਇੱਧਰ ਵਾਲੀ ਸਾਈਡ ਤੋਂ ਦਸਤਾਰ ਆ ਜਿਹੜੀ ਉੱਚੀ ਚੱਕਦੀ ਆਪਾਂ ਲੋ ਜੀ। ਇਸ ਤੋਂ ਬਾਅਦ ਅਗਲਾ ਲੜ ਲਾਵਾਂਗੇ ਆਪਾਂ, ਲੜ ਹਲਕਾ ਜਿਹਾ ਥੋੜ੍ਹਾ ਜਿਹਾ ਵੱਡਾ ਹੀ ਆਊਗਾ ਆਪਣਾ ਲਾਸਟ ਆ। ਇਸ ਤੋਂ ਬਾਅਦ ਇੱਥੋਂ ਤੁਸੀਂ ਕੀ ਕਰਨਾ, ਇੱਥੋਂ ਹਲਕਾ ਜਿਹਾ ਇਕੱਠਾ ਕੀਤਾ, ਇਹ ਦੇਖੋ ਕੱਪੜੇ ਨੂੰ ਇਕੱਠਾ ਕਰਨਾ ਇੱਕ ਜਗ੍ਹਾ 'ਤੇ ਐਵੇਂ ਇਕੱਠਾ ਕਰਕੇ ਇੱਧਰ ਵਾਲੀ ਸਾਈਡ ਤੋਂ ਉੱਚੀ ਚੱਕੀ ਜਾਣੀ ਹੈ ਸ਼ੇਪ ਦਸਤਾਰ ਦੀ, ਠੀਕ ਆ ਜੀ। ਇੱਕ ਤਾਂ ਜ਼ਿਆਦਾ ਪੱਗ ਤਿੱਖੀ ਨਹੀਂ ਹੁੰਦੀ, ਨੰਬਰ 2 ਗੱਲ ਲਾਸਟ ਲੜ ਥੋੜ੍ਹਾ ਜਿਹਾ ਵੱਧ ਵੀ ਗਿਆ ਆਪਣਾ। ਇਹਦੇ ਲਈ ਤੁਸੀਂ 2 ਚੀਜ਼ਾਂ ਕਰ ਸਕਦੇ ਹਾਂ, ਇਹ ਆਪਾਂ ਐਵੇਂ ਲੜ ਲਾਉਣਾ ਸੀਗਾ ਇਹ ਲਾਸਟ ਆ ਜਿਹੜਾ, ਠੀਕ ਆ। ਇਹਦੇ ਵਿੱਚ ਥੋੜ੍ਹਾ ਜਿਹਾ ਵੱਡਾ ਵੀ ਜੇ ਲੜ ਤੁਹਾਡਾ ਹੋਊਗਾ ਦਸਤਾਰ ਦੇ ਵਿੱਚ ਲੱਗ ਜੂਗਾ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਸਾਂਝੀ ਕਰੋ ਤਾਂ ਕਿ ਹੋਰ ਵੀ ਵੀਰ ਭਰਾ ਇਸ ਤਰੀਕੇ ਨਾਲ ਦਸਤਾਰ ਆ ਜਿਹੜੀ ਬੰਨਣੀ ਸਿੱਖ ਸਕਣ। ਉਹਦੇ ਤੋਂ ਬਿਨਾਂ ਜੇਕਰ ਤੁਸੀਂ ਅਜੇ ਤੱਕ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਵੀ ਜ਼ਰੂਰ ਕਰੋ ਤਾਂ ਕਿ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਕਈ ਵਾਰ ਕੀ ਹੁੰਦਾ ਕਿ ਵੀ ਤੁਸੀਂ ਪੇਜ ਫੋਲੋ ਨਹੀਂ ਕਰਦੇ, 1-2 ਵੀਡੀਓ ਜ਼ਿਆਦਾ ਜਿਹੜੀ ਵਾਇਰਲ ਹੁੰਦੀ ਆ ਉਹ ਤੁਹਾਡੇ ਤੱਕ ਪਹੁੰਚ ਜਾਂਦੀ ਆ। ਅਤੇ ਤੁਸੀਂ ਦੇਖੋ
इस जगह पे कपड़े नु इकट्ठा करके एवें लड़ लग जूगा। ठीक है जी, लड़े ये सारा बैच आप मोड़ देंगे। सो तुसी देख सकते हो दस्तार की शेप आ, वो भी थोड़ी आम दे नालों थोड़ी जी वधिया आई है। एक चीज होर आ, जेकर थोड़ी पग का लड़ थोड़ा जहा पूरा पूरा आता गा, क्योंकि मेरे 6.5 मीटर का लड़ थोड़ा जहा बढ़ जाता, ता करके मैं बहुत घट 6.5 मीटर बन दाँगा। तो थोड़े जे वीर के मैसेज आए करके अपन वीडियो पानी पई, तो वो तो वह अज की वीडियो में शेयर करो दोस्तों मित्रों तक, ता कि होर भी वीर भरा वधिया दस्तार आ सीख सकन। तुसी देख सकते हो पग की जिहड़ी शेप आ, वो फ्रंट तो उच्ची होण करके जिहड़ी हाइट आ थोड़ी ऑटोमैटिक ज़्यादा लगेगी, कित्थे तां पग की जिहड़ी शेप अगे नूं आउणी कित्थे उही उच्ची उपर नूं चली गई है ना। तो वध तों वध वीडियो नूं सांझी करो, तो बहुत ज़्यादा गर्मी होण करके वीडियो डेली नहीं पा सकते, तो ट्राई करते हुए जल्दी तो जल्दी जिहड़े भी वीरां दे मैसेज आउंदे आ वी उस टॉपिक दे उत्ते जिहड़ी वीडियो असीं जरूर लैके आईए जल्दी तो जल्दी, ते वध तों वध दोस्तां मित्रां तक वीडियो नूं सांझी करो। मिलदे आ जल्द नवीं वीडियो दे नाल, धन्नवाद, सत श्री अकाल, जिउंदे वसदे रहो।